ਐਵੇਂ ਬੀ ਡੀ ਪੀ ਓ ਸਾਹਿਬ ਦਾ ਦਫ਼ਤਰ ਕਿੱਥੇ ਆ ਅਤੇ ਬਹਿੰਦੇ ਕਿੱਥੇ ਆ ਬਾਹਰ ਖੜਕਾਉਂਦੇ ਆਪਾਂ ਆਹ ਵੇਖੋ ਜਨਾਬ ਸਾਹਿਬ ਪਏ ਆਹ ਵੇਖੋ ਜਨਾਬ ਪਏ ਆਹ ਗੇਟ ਬੰਦ ਕਰ ਲਿਆ ਇਹ ਦਫ਼ਤਰੀ ਟਾਈਮ ਦੇ ਵਿੱਚ ਹੈ ਮੈਂ ਥੱਲੇ ਚੇਅਰਮੈਨ ਸਾਹਿਬ ਦੇ ਧਿਆਨ 'ਚ ਲਿਆ ਕੇ ਮੈਂ ਜੀ ਮੈਂ 3-4 ਵਾਰੀ ਆ ਚੁੱਕਿਆ ਜਿੰਨੇ ਜਿੰਨੇ ਵਾਰੀ ਵੀ ਮੈਂ ਆਉਣਾ ਅਤੇ ਬੀ ਡੀ ਪੀ ਓ ਸਾਹਿਬ ਹੁਣ ਤੁਸੀਂ ਵੇਖਿਆ ਬੈੱਡ 'ਤੇ ਆਰਾਮ ਫਰਮਾ ਰਿਹਾ ਟੋਪੀ ਲੈ ਕੇ ਇਹ ਹਾਲ ਆ ਜੀ ਆ ਲੋਕ ਤੁਰੇ ਫਿਰਦੇ ਜਨਤਾ ਖੱਜਲ ਖੁਆਰ ਬੀ ਡੀ ਪੀ ਓ ਸਾਹਿਬ ਬੈੱਡ 'ਤੇ ਆਰਾਮ ਫਰਮਾ ਰਹੇ ਆ ਇਹ ਹਾਲ ਆ ਜੀ ਕੋਈ ਸਰਕਾਰ ਨਹੀਂ ਬਦਲੀ ਕੋਈ ਕੁਛ ਕੋਈ ਫਰਕ ਨਹੀਂ ਪੈਂਦਾ ਉਸ ਤਰ੍ਹਾਂ ਦਾ ਆਹ ਵੇਖੋ ਕੁਛ ਮੁਲਾਜ਼ਮ ਆਪਦਾ ਕੰਮ ਕਰ ਰਹੇ ਆ ਉਹ ਕੰਮ ਕਰ ਰਹੇ ਕੁਛ ਪਰ ਬੀ ਡੀ ਪੀ ਓ ਸਾਹਿਬ ਚੁਆਰੇ 'ਚ ਬੈੱਡ 'ਤੇ ਆਰਾਮ ਫਰਮਾ ਰਹੇ ਆ ਕੋਈ ਫਰਕ ਨਹੀਂ ਪਿਆ ਸਰਕਾਰ ਬਦਲਣ ਨਾਲ ਕੋਈ ਲੋਕਾਂ ਨੂੰ ਸਹੂਲਤ ਨਹੀਂ ਉਸ ਮੁਲਾਜ਼ਮ ਆਪਣੀਆਂ ਸੀਟਾਂ 'ਤੇ ਕੰਮ ਕਰ ਰਹੇ ਆ ਪਰ ਬੀ ਡੀ ਓ ਸਾਹਿਬ ਉੱਪਰ ਚੁਆਰੇ 'ਚ ਆਰਾਮ ਫਰਮਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦਾ ਕਿ ਇਹੋ ਜਿਹੇ ਕਾਨੂੰਨੀ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਲੋਕਾਂ ਦੀ ਖੱਜਲ ਖੁਆਰੀ ਕਰਨ ਵਾਲੇ ਅਤੇ ਆਪਦੇ ਡਿਊਟੀ ਨੂੰ ਡਿਊਟੀ ਨਾ ਸਮਝਣ ਵਾਲੇ ਮੁਲਾਜ਼ਮਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ ਸਾਰਿਆਂ ਨੂੰ ਮੈਂ ਕਹਿੰਦਾ ਬੀ ਡੀ ਪੀ ਓ ਦਫ਼ਤਰ ਬਾਘਾ ਪੁਰਾਣਾ ਉੱਥੇ ਪਹਿਲਾਂ ਵੀ ਮੈਂ 3-4 ਵਾਰੀ ਆ ਚੁੱਕਿਆ ਜਦੋਂ ਵੀ ਜਿੰਨੇ ਵਾਰੀ ਵੀ ਆਉਣਾ ਅਤੇ ਬੀ ਡੀ ਪੀ ਓ ਸਾਹਿਬ ਆਪਣੇ ਕਮਰੇ 'ਚ ਨਹੀਂ ਹੁੰਦੇ ਉਹ ਉੱਪਰ ਆਪਣੇ ਇੱਕ ਰੂਮ ਬਣਿਆ ਵਾ ਉਹਦੇ ਵਿੱਚ ਬਹਿੰਦੇ ਆ ਆਹ ਵੇਖੋ ਕੋਈ ਵੀ ਔਫ ਨਹੀਂ ਟਾਈਮ ਦਫ਼ਤਰੀ ਟਾਈਮ ਹੈ ਇਹ ਦਫ਼ਤਰੀ ਟਾਈਮ ਦੇ ਵਿੱਚ ਬੀ ਡੀ ਪੀ ਓ ਸਾਹਿਬ ਦੀ ਕੁਰਸੀ ਖਾਲੀ ਪਈ ਆ ਬਾਘਾ ਪੁਰਾਣ ਦੇ ਬੀ ਡੀ ਪੀ ਓ ਸਾਹਿਬ ਦੀ ਕੁਰਸੀ ਆ ਜੀ ਮੈਂ ਜਿੰਨੇ ਵਾਰੀ ਵੀ ਆਇਆ 3-4 ਵਾਰੀ ਇੱਥੇ ਆਉਣਾ ਹੈ ਅਤੇ ਬੀ ਡੀ ਪੀ ਓ ਸਾਹਿਬ ਇੱਥੇ ਕੁਰਸੀ 'ਤੇ ਨਹੀਂ ਹੁੰਦੇ ਜੀ ਅਤੇ ਉੱਤੇ ਕਹਿ ਦਿੰਦੇ ਚੁਬਾਰੇ 'ਚ ਆਇਆ ਅਤੇ ਉੱਥੇ ਜਿੱਥੇ ਮਿਲਣ ਦੀ ਮਨਾਹੀ ਆ ਉਹਨਾਂ ਨੂੰ ਆਹ ਵੇਖੋ ਸਾਰਾ ਤੁਸੀਂ ਆਹ ਚੇਅਰਮੈਨ ਸਾਹਿਬ ਦਾ ਕਮਰਾ ਇੱਥੇ ਇਹ ਬੀ ਡੀ ਪੀ ਓ ਸਾਹਿਬ ਤਾਂ ਉੱਪਰ ਚੁਬਾਰੇ 'ਚ ਹੈ ਹੁਣ ਆਪਾਂ ਚੱਲਦੇ ਹਾਂ ਉੱਥੇ ਤੁਹਾਨੂੰ ਵਿਖਾਉਣਾ ਮੈਂ ਉੱਥੇ ਜਿੱਥੇ ਬੀ ਡੀ ਪੀ ਓ ਸਾਹਿਬ ਬਹਿੰਦੇ ਆ ਦਫ਼ਤਰੀ ਟਾਈਮ 'ਚ ਕੋਈ ਇੱਥੇ ਕਾਰਵਾਈ ਨਹੀਂ ਕੋਈ ਸਰਕਾਰ ਬਦਲਣਾ ਮੇਰਾ ਨਾਂ ਜਸਵਿੰਦਰ ਸਿੰਘ ਹੈ ਪਿੰਡ ਸਮਾਧ ਪਾਈ ਹੈ ਜੀ ਮੈਂ ਜੀ ਸਾਡਾ ਪਿੰਡ ਸਮਾਧ ਪਾਈ ਆ ਉੱਥੇ ਇੱਕ ਪੰਚਾਇਤੀ ਗਲੀ ਹੈ ਪੰਚਾਇਤੀ ਗਲੀ 'ਤੇ ਇੱਕ ਐੱਨ ਆਰ ਆਈ ਜਗਤਾਰ ਸਿੰਘ ਵੱਲੋਂ ਕਬਜ਼ਾ ਕੀਤਾ ਗਿਆ ਅਤੇ ਉਸ ਗਲੀ ਨੂੰ ਮੈਂ ਖਾਲੀ ਕਰਵਾਉਣ ਦੀ ਬਾਬਤ ਕਾਫੀ 2-2.5 ਸਾਲ ਤੋਂ ਸੰਘਰਸ਼ ਕਰ ਰਿਹਾ ਜਿਹਦੇ ਸੰਬੰਧੀ ਉਹਦੇ 'ਤੇ ਨਿਸ਼ਾਨਦੇਹੀ ਵੀ ਉਹਦੀ ਹੋ ਚੁੱਕੀ ਹੈ ਨਿਸ਼ਾਨਦੇਹੀ ਦੇ ਵਿੱਚ ਇਹ ਸਪਸ਼ਟ ਹੋ ਚੁੱਕਿਆ ਕਿ ਸਰਕਾਰੀ ਗਲੀ ਹੈ ਪਰ 2-2.5 ਸਾਲ ਤੋਂ ਉਹਦੇ ਉੱਤੇ ਕੋਈ ਖਾਲੀ ਕਰਵਾਉਣ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਇਹਦੇ ਸੰਬੰਧੀ ਮੈਨੂੰ ਬੀ ਡੀ ਪੀ ਓ ਦਫ਼ਤਰ ਬਾਘਾ ਪੁਰਾਣਾ ਅਕਸਰ ਜਾਣਾ ਪੈਂਦਾ ਹੁਣ ਵੀ ਮੈਂ 3 ਵਾਰੀ ਪਹਿਲਾਂ ਇੱਦੋਂ ਪਹਿਲਾਂ ਬੀ ਡੀ ਪੀ ਓ ਦਫ਼ਤਰ ਗਿਆ ਮੈਂ ਜਦੋਂ ਦਫ਼ਤਰ ਜਾਂਦਾ ਸੀ ਤਾਂ ਬੀ ਡੀ ਪੀ ਓ ਦਫ਼ਤਰ ਬੀ ਡੀ ਪੀ ਓ ਸਾਹਿਬ ਦਫ਼ਤਰ ਦੇ ਵਿੱਚ ਨਹੀਂ ਬਹਿੰਦੇ ਸੀ ਬਜਾਏ ਦਫ਼ਤਰ ਦੀ ਉਹ ਆਪਣੇ ਚੁਬਾਰੇ ਦੇ ਵਿੱਚ ਆਰਾਮ ਫਰਮਾਉਂਦੇ ਮਿਲਦੇ ਸੀਗੇ ਅਤੇ ਅੱਜ ਹੁਣ ਮੈਂ ਕੱਲ੍ਹ ਦੀ ਡੇਟ ਦੇ ਵਿੱਚ 21 ਤਰੀਕ ਨੂੰ ਦੁਪਹਿਰੇ 3 ਵਜੇ ਗਿਆ ਤਾਂ ਉਦੋਂ ਵੀ ਉਹ ਆਪਣੇ ਦਫ਼ਤਰ ਦੇ ਵਿੱਚ ਹਾਜ਼ਰ ਨਹੀਂ ਸੀ ਫਿਰ ਮੈਂ ਉੱਥੇ ਚੇਅਰਮੈਨ ਸ਼੍ਰੀ ਗੁਰਚਰਨ ਸਿੰਘ ਚੀਦਾ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਬੀ ਡੀ ਪੀ ਓ ਸਾਹਿਬ ਨੂੰ ਜਦੋਂ ਮਿਲਣ ਆਉਣਾ ਉਹ ਚੁਬਾਰੇ ਵਿੱਚ ਹੁੰਦੇ ਆ ਮੈਂ ਉਹਨਾਂ ਨੂੰ ਆਪਣੀ ਸ਼ਿਕਾਇਤ ਦੇ ਸੰਬੰਧ ਵਿੱਚ ਮਿਲਣਾ ਕਿਰਪਾ ਕਰਕੇ ਬੀ ਡੀ ਪੀ ਓ ਸਾਹਿਬ ਨੂੰ ਬੁਲਾਇਓ ਜੀ ਅਤੇ ਉਹਨਾਂ ਨੇ ਕਹਿੰਦੇ ਚੁਬਾਰੇ ਦੇ ਵਿੱਚ ਹੈ ਮੈਂ ਫੋਨ ਕਰਦਾ ਬੁਲਾਉਣਾ ਉਦੋਂ ਬਾਅਦ 'ਚ ਉਹਨਾਂ ਨੇ ਫੋਨ ਕੀਤਾ ਬੀ ਡੀ ਪੀ ਓ ਸਾਹਿਬ ਤਾਂ ਵੀ ਥੱਲੇ ਨਹੀਂ ਆਏ ਗਏ ਇਸ ਉਪਰੰਤ ਮੇਰੇ ਵੱਲੋਂ ਦਫ਼ਤਰ ਦੇ ਵਿੱਚ ਜਾ ਕੇ ਵੀਡੀਓ ਬਣਾਈ ਗਈ ਮੈਨੂੰ ਇਹ ਭਲੀ ਭਾਂਤ ਪਤਾ ਸੀ ਕਿ ਬੀ ਡੀ ਪੀ ਓ ਸਾਹਿਬ ਆਪਣੇ ਦਫ਼ਤਰ 'ਚ ਨਹੀਂ ਹੁੰਦੇ ਅਤੇ ਚੁਬਾਰੇ 'ਚ ਆਰਾਮ ਫਰਮਾ ਰਹੇ ਹੁੰਦੇ ਆ ਮੈਨੂੰ ਪਤਾ ਸੀ ਇਸ ਕਰਕੇ ਮੈਂ ਪੌੜੀਆਂ ਚੜ੍ਹ ਕੇ ਜਦੋਂ ਮੈਂ ਚੁਬਾਰੇ ਦੇ ਵਿੱਚ ਗਿਆ ਤਾਂ ਉੱਥੇ ਤੁਸੀਂ ਉਹ ਵੀਡੀਓ ਵਾਇਰਲ ਹੋਈ ਹੈ ਵੇਖਿਆ ਹੋਊਗਾ ਸਾਰਿਆਂ ਨੇ ਅਤੇ ਬੀ ਡੀ ਪੀ ਓ ਸਾਹਿਬ ਬੈੱਡ ਦੇ ਉੱਤੇ ਫੋਨ 'ਤੇ ਚੈਟ ਕਰ ਰਹੇ ਸੀ ਅਤੇ ਆਰਾਮ ਫਰਮਾ ਰਹੇ ਸੀ ਜੀ ਕੀ ਨਾਮ ਹੈ ਬੀ ਡੀ ਪੀ ਓ ਜੀ ਬੀ ਡੀ ਪੀ ਓ ਸ਼੍ਰੀ ਨਿਰਮਲ ਸਿੰਘ ਆ ਜੀ ਉਹਨਾਂ ਦਾ ਨਾਮ ਕਿੱਥੇ ਤੈਨਾਤ ਨੇ ਸਰ ਬਾਘਾ ਪੁਰਾਣਾ ਬੀ ਡੀ ਪੀ ਓ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਾਘਾ ਪੁਰਾਣਾ ਨੇ ਜੀ ਤੁਸੀਂ ਕਿੰਨੇ ਸਮੇਂ ਚੁੱਕ ਕੱਢਦੇ ਆਪਣੇ ਕੰਮ ਕਾਜ ਮੈਂ 2-2.5 ਸਾਲ ਤੋਂ ਲੱਗਿਆ ਹੋਇਆ ਜੀ ਪਰ 2-2.5 ਸਾਲ ਤੋਂ ਇਹ 'ਤੇ ਕੋਈ ਕਾਰਵਾਈ ਨਹੀਂ ਹੋ ਰਹੀਗੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੁਣ ਕੀ ਮੰਗ ਹੈ ਤੁਹਾਡੀ ਕੀ ਹੋਣਾ ਚਾਹੀਦਾ ਹੁਣ ਮੇਰੀ ਇਹ ਮੰਗ ਹੈ ਜੀ ਜਿਵੇਂ ਸਰਕਾਰ ਬਦਲੀ ਹੈ ਅਤੇ ਇਹ ਵੱਡੇ ਵੱਡੇ ਕੀਤੇ ਜਾ ਰਹੇ ਵਾਅਦੇ ਕਿ ਸਰਕਾਰ ਬਦਲਣਾ ਸਭ ਕੁਝ ਬਦਲ ਗਿਆ ਪਰ ਮੈਨੂੰ ਦਫ਼ਤਰਾਂ ਦੇ ਵਿੱਚ ਬਦਲਿਆ ਲੱਗਿਆ ਨਹੀਂਗਾ ਖਾਸ ਕਰਕੇ ਬੀ ਡੀ ਪੀ ਓ ਦਫ਼ਤਰ ਬਾਘਾ ਪੁਰਾਣਾ ਦੇ ਵਿੱਚ ਉੱਥੇ ਮੈਂ 2-2.5 ਸਾਲ ਤੋਂ ਖੱਜਲ ਖੁਆਰ ਹੋ ਰਿਹਾ ਮੈਂ ਪੰਜਾਬ ਸਰਕਾਰ ਤੋਂ
मंग करदा कि बी डी पी ओ निर्मल सिंह बाघा प्राणा तुरंत प्रभाव के नाल सस्पेंड किया जाए ਤੇ ਜਿਹੜਾ ਉਹ ਨਜਾਇਜ਼ ਗਲੀ ਤੇ ਨਜਾਇਜ਼ ਕਬਜ਼ਾ ਉਹ ਵੀ ਦੂਰ ਕਰਾਇਆ ਜਾਵੇ ਜੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84 374 94 647 84 374 94 648। बाबा फतेह खान पंजाब दे नंबर एक तांत्रिक बंगाल तो सिद्धि प्राप्त। पक्का काम पक्का हल 101% गारंटी अस्टाम पेपर समेत सब तो पहला काम करन दा वादा। नौकरी प्रमोशन कारोबार च परेशानी घर च झगड़ा बरकत औलाद कहने तो बार होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी चनपन जादू टोना लव मैरिज मोहनी वशीकरण करवाना जा तुड़वाना सौतन दुश्मन तो छुटकारा सदा लई रुसे नु मनाना प्यार मोहब्बत। संपर्क करो बाबा फतेह खान 99586 35478।